ਤੁਸੀਂ ਅੱਜ ਕਿਸਾਨ ਅੰਦੋਲਨ ਦੇ ਵਿੱਚ ਪਹੁੰਚੇ ਹੋ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਕਿਹੜੀ ਜਗ੍ਹਾ ਤੋਂ ਆਏ ਹੋ? ਅਸੀਂ ਬਨੋੜ ਤੋਂ, ਜ਼ਿਲ੍ਹਾ ਮੋਹਾਲੀ ਤੋਂ ਆਏ ਹਾਂ। ਪਹਿਲਾਂ ਧੰਨਵਾਦ ਤੋਂ ਆਪਕਾ, ਜੋ ਨੈਸ਼ਨਲ ਮੀਡੀਆ ਉਹ ਸਾਡੇ ਇਸ ਨੂੰ ਸੰਘਰਸ਼ ਨੂੰ ਦਿਖਾ ਨਹੀਂ ਰਿਹਾ ਹੈਗਾ, ਬਹੁਤ ਧੰਨਵਾਦ ਜੋ ਸਾਡੇ ਸੰਘਰਸ਼ ਨੂੰ ਆਪ ਲੋਕਾਂ ਤੱਕ ਪਹੁੰਚਾ ਰਹੇ ਹਾਂ। ਅਤੇ ਕਿਹੜੀ ਜਗ੍ਹਾ ਤੋਂ ਆਏ ਹੋ ਤੁਸੀਂ? ਮੋਹਾਲੀ ਤੋਂ, ਜ਼ਿਲ੍ਹਾ ਮੋਹਾਲੀ। ਮੋਹਾਲੀ ਤੋਂ? ਮੋਹਾਲੀ ਤੋਂ ਇੰਨੀ ਦੂਰ ਪਹੁੰਚੇ ਹੋ ਜੋਸ਼ ਜੋਸ਼ ਦੇ ਨਾਲ, ਇੱਥੇ ਪਹੁੰਚ ਕੇ ਕੀ ਲੱਗ ਰਿਹਾ ਹੈ, ਕੀ ਫੀਲ ਹੋ ਰਿਹਾ? ਸਾਨੂੰ ਬਹੁਤ ਸਹੀ ਫੀਲ ਹੋ ਰਿਹਾ, ਜੋ ਅਸੀਂ ਸਿਸਟਮ ਦੇਖ ਰਹੇ ਹਾਂ। ਹਾਂਜੀ, ਜੋ ਲੋਕਾਂ ਦਾ ਪਿਆਰ ਦੇਖ ਰਹੇ, ਲੋਕ ਕਹਿੰਦੇ ਵੀ ਪੰਜਾਬ ਹਰਿਆਣਾ ਵੀ ਪਾਣੀ ਪਿੱਛੇ ਲੜਦੇ ਹੈ, ਪਰ ਪਾਣੀ ਪਿੱਛੇ ਨਹੀਂ, ਪੰਜਾਬ ਹਰਿਆਣਾ ਭਾਈ ਭਾਈ ਅੱਜ ਇੱਕ ਆਪਣੇ ਹੱਕਾਂ ਲਈ ਲੜਦੇ ਪਏ ਹੈ, ਲੜਦੇ ਪਹਿਲੇ। ਜਿਹੜੇ ਸਰਕਾਰ ਜਿਹੜੇ ਆਪਣੇ ਵਾਰ ਵਾਰ ਮੀਟਿੰਗਾਂ ਰੱਖ ਕੇ ਜਿਹੜੇ ਫੈਸਲੇ ਨਹੀਂ ਲੈ ਰਹੀ, ਠੀਕ ਹੈ, ਹਰ ਵਾਰ ਉਹਨਾਂ ਦਾ ਗਲਤ ਫੈਸਲਾ ਕਿਸਾਨਾਂ ਦੇ ਮੂਹਰੇ ਗਲਤ ਪ੍ਰਸਾਦ ਧਰ ਦਿੰਦੇ ਨੇ, ਉਹਨਾਂ ਨੂੰ ਉਹਨਾਂ ਦੇ ਬਾਰੇ ਕੀ ਕਹਿਣਾ ਚਾਹੋਗੇ? ਸਰਕਾਰ ਸੋਚਦੀ ਹੈ ਵੀ ਅਸੀਂ ਸਿਹਤ ਲੰਬਾ ਕਰਕੇ ਵੀ ਇਸ ਨੂੰ ਵੀ ਇਹ ਲੋਕਾਂ ਨੂੰ ਤੰਗ ਆ ਕੇ ਸਿਹਤ ਆਪਣੇ ਆਪ ਚਲੇ ਜਾਣਗੇ, ਪਰ ਉਹਨਾਂ ਦਾ ਭੁਲੇਖਾ ਵਾ, ਉਹ ਇਹ ਸਮਝ ਨਹੀਂ ਰਹੇ ਵੀ ਇਹ ਗੁਰੂ ਸਿੰਘ ਜੀ ਸ਼ਹੀਦ ਭਗਤ ਸਿੰਘ ਦੇ ਵੱਸ ਹੈ, ਵੀ ਇਹ ਆਪਣਾ ਲੜਨਾ ਜਾਣਦੇ ਆ, ਇਵੇਂ ਭੱਜਣਾ ਨਹੀਂ ਜਾਣਦੇ ਹੈਗੇ, ਇਹ ਉਹਨਾਂ ਦਾ ਜੋ ਅਸੀਂ ਇਹ ਗਲਤ ਖਿਆਲ ਹੈ, ਅਸੀਂ ਕੱਢ ਕੇ ਹਟਾਂਗੇ, ਅਸੀਂ ਉਹਨੂੰ ਦਿਖਾ ਕੇ ਹਟਾਂਗੇ ਕਿ ਅਸੀਂ ਆਪਣਾ ਹੱਕ ਕਿਵੇਂ ਲਿਆ ਜਾਂਦਾ, ਹਰ ਸਹੀ ਚੀਜ਼ ਕਿਵੇਂ ਲੜਾ ਜਾਂਦਾ ਹੈ। ਤੁਹਾਨੂੰ ਕੀ ਲੱਗਦਾ ਕਿ ਮੋਦੀ ਸਰਕਾਰ ਇਹ ਜਿਹੜੇ ਫੈਸਲੇ ਨੇ, ਇਹ ਜਿਹੜੇ ਬਿੱਲ ਨੇ, ਉਹ ਵਾਪਸ ਲਏਗੀ ਜਾਂ ਨਹੀਂ? ਬਿਲਕੁਲ ਲਓਗੀ ਜੀ, ਜੇ ਨਹੀਂ ਲਓਗੇ ਅਸੀਂ ਉਰੇ ਬੈਠਿਆਂ ਨੂੰ ਲੈਣੇ ਪੈਣੇ ਹੈ, ਜੋ ਲੋਕਾਂ ਦਾ ਉਤਸ਼ਾਹ ਉਹ ਦੇਖ ਰਹੇ ਹਾਂ ਅਸੀਂ, ਮੈਂ ਕੱਲ੍ਹ ਵੀ ਦੇਖਿਆ ਜੋ ਲੋਕ ਸਾਡੇ ਭਰਾ ਕਿਸਾਨ ਆ ਰਹੇ ਹੈ, ਹੁਣ ਦੇਖੋ ਪਲਵਲ ਬਾਰਡਰ, ਅਸੀਂ ਸਾਰੇ ਬਾਰਡਰ ਟੋਟਲ ਸੀਲ ਕੀਤੇ ਹੋਏ ਹੈ, ਮੋਦੀ ਸਰਕਾਰ ਨੂੰ ਇਹਦੇ ਝੁਕਣਾ ਪੈਣਾ, ਇਕੱਲਾ ਪੰਜਾਬ ਨਹੀਂ, ਇਕੱਲਾ ਹਰਿਆਣਾ ਰਾਜਸਥਾਨ ਨਹੀਂ, ਬਾਹਰ ਕੰਟਰੀਆਂ 'ਚ ਵੀ ਇਹਦੇ ਵਿਰੁੱਧ ਪ੍ਰਸ਼ਨ ਆਉਂਦਾ ਪਿਆ, ਮੋਦੀ ਨੂੰ ਇਕੱਲਾ ਇੰਡੀਆ ਨਹੀਂ ਬਾਹਰ ਦੇ ਵਾਸਤੇ ਵੀ ਇਹਦਾ ਬਹੁਤ ਬਦਨਾਮੀ ਹੋ ਰਹੀ ਹੈ, ਇਹਨੂੰ ਆਪਣੇ ਉਸ 'ਚ ਝੁਕਣਾ ਪੈਣਾ ਹੀ ਪੈਣਾ। ਜਿਹੜੇ ਜਿਹੜੀ ਜਗ੍ਹਾ ਤੋਂ ਤੁਸੀਂ ਆਏ ਹੋ, ਤੁਸੀਂ ਕਿੱਡਾ ਕੁ ਜੱਥਾ ਆਇਆ ਤੁਹਾਡਾ? ਅਸੀਂ 10 ਗੱਡੀਆਂ ਦਾ ਆਪਣੀ ਲੈ ਕੇ ਆਏ ਹਾਂ, ਕਾਰਾਂ 'ਚ ਆਏ ਹਾਂ। ਕਿੱਥੇ ਤੱਕ ਜਾਊ ਸੰਘਰਸ਼, ਤੁਹਾਨੂੰ ਕੀ ਲੱਗਦਾ ਕਿੱਥੇ ਤੱਕ ਪਹੁੰਚੂਗਾ, ਕਦੋਂ ਤੱਕ ਫੈਸਲੇ ਹੋ ਜਾਣਗੇ? ਦੇਖੋ, ਸਾਡਾ ਤਾਂ ਇਹ ਹੈ ਵੀ ਜਦ ਤੱਕ ਮੋਦੀ ਸਰਕਾਰ ਨਹੀਂ ਬਣਦੀ ਅਸੀਂ ਤਾਂ ਡਟੇ ਪਏ ਹਾਂ। ਅਸੀਂ 9 ਤਰੀਕ ਨੂੰ ਜਿਹੜਾ ਫੈਸਲਾ ਆ ਰਿਹਾ ਹੈ, ਉਹ ਕੀ ਲੱਗ ਰਿਹਾ ਵੀ ਹੱਕ 'ਚ ਆਊ ਜਾਂ ਨਹੀਂ? ਦੇਖੋ ਜੀ, ਸਾਡਾ ਤਾਂ ਉਮੀਦ ਇਹ ਹੈ ਵੀ ਮੁੱਦਾ ਹੱਕ 'ਚ ਕਰਨਾ, ਪਰ ਨਹੀਂ ਕਰਨਗੇ, ਅਸੀਂ ਪਿੱਛੇ ਹਟਣ ਵਾਲੇ ਨਹੀਂ ਹੈ, ਅਸੀਂ ਭਾਵੇਂ ਸਾਨੂੰ ਕੁਛ ਵੀ ਕਰਨਾ ਪਵੇ, ਅਸੀਂ ਸੰਘਰਸ਼ ਸਾਡਾ ਇਵੇਂ ਜਾਰੀ ਰਹੂਗਾ। ਅਸੀਂ ਇਕੱਲਾ ਹੁਣ ਕਿਸਾਨ ਭਾਈ ਵੀ ਹਾਂ, ਅਸੀਂ ਟਰਾਂਸਪੋਰਟਰ ਵੀ ਹਾਂ, ਅਸੀਂ ਆਲ ਇੰਡੀਆ ਮੋਟਰ ਟਰਾਂਸਪੋਰਟ ਦੇ ਮੈਂਬਰ ਹਾਂ। ਸਾਡੀ ਹੁਣ 8 ਤਰੀਕ ਨੂੰ ਪੂਰੇ ਇੰਡੀਆ ਦੀ ਆਲ ਇੰਡੀਆ ਮੋਟਰ ਟਰਾਂਸਪੋਰਟ ਦੀ ਸਟ੍ਰਾਈਕ ਹੈ, ਅਸੀਂ ਮਤਲਬ ਕਿਸਾਨ ਭਾਈਆਂ ਨਾਲ ਟਰਾਂਸਪੋਰਟਰ ਖੁਦ, ਹੁਣ 94 ਲੱਖ ਟਰੱਕ ਹੈ ਸਾਡੇ ਪੂਰੇ ਇੰਡੀਆ ਦੇ, ਪੂਰੇ ਇੰਡੀਆ 94 ਲੱਖ ਟਰੱਕ ਜਿੱਦਾਂ ਧੂਸ ਕੱਢਦਾ ਮੋਦੀ ਆਪਣੇ ਹੈ ਨਾ ਵੀ ਇਹ ਕੀ ਕਰਨਾ ਕਿਸਾਨ, 94 ਲੱਖ ਟਰੱਕ ਜੇ ਪੂਰੇ ਰੋਡ 'ਤੇ ਖੜ੍ਹੇ ਹੋ ਗਏ, ਇਹਨੂੰ ਤਾਂ ਸਾਹ ਨਹੀਂ ਮਿਲਣਾ ਵੀ ਕੀ ਕਰੀਏ ਅਸੀਂ, ਕੀ ਕਰੀਏ, ਇਹਨੂੰ ਹਾਰ ਕੇ ਗੋਡੇ ਗਿਰਨੇ ਪੈਣੇ, ਲੋਕਾਂ ਦੀਆਂ ਮੰਗਾਂ ਮੰਨਣੀਆਂ ਪੈਣੀਆਂ। ਇੱਥੇ ਤੁਸੀਂ ਆਏ ਹੋ ਕਿਸੇ ਤਰ੍ਹਾਂ ਦੀ ਕੋਈ ਤੰਗੀ ਨਹੀਂ? ਕੋਈ ਸਾਨੂੰ ਤਕਰੀਬ ਕੋਈ ਕਿਸੇ ਦੀ ਪ੍ਰੋਬਲਮ ਨਹੀਂ ਹੋਈ, ਠੀਕ ਹੈ। ਇੱਥੇ ਵਧੀਆ ਮਹਿਸੂਸ ਹੋ ਰਿਹਾ ਜਿਵੇਂ ਇੱਥੇ ਹੈ ਨਾ ਪੂਰਾ ਇਕੱਠ, ਨਜ਼ਾਰਾ ਕਹਿ ਸਕਦੇ ਆਪਾਂ ਪੂਰਾ ਜਿਹੜਾ ਇਕੱਠ, ਮਤਲਬ ਕਿੱਦਾਂ ਦਾ ਇਹ ਕੀ ਲੱਗ ਰਿਹਾ ਵੀ ਕੀ ਹਜੂਮ ਹੈ ਜਿਹੜਾ, ਕੀ ਰੰਗ ਲਿਆਊਗਾ? ਇਹ ਰੰਗ ਲਿਆਊਗਾ ਜੀ, ਇਹ ਜੋ ਸਾਡੀ ਲੋਕਾਂ ਦੀ ਮੰਗਾਂ ਮੁਸ਼ਕਿਲ ਹੈ, ਉਹ ਇਸ ਨੂੰ ਪੂਰਾ ਬਿੱਲ ਨੂੰ ਜੋ ਉਹਨੂੰ ਰੱਦ ਕਰਾ ਕੇ ਹਟੂਗਾ। ਠੀਕ ਹੈ ਜੀ, ਸ਼ੁਕਰੀਆ ਜੀ ਬਹੁਤ ਬਹੁਤ ਤੁਹਾਡਾ। ਅਤੇ ਜਿਹੜਾ ਜਵਾਨੀ ਦੇ ਵਿੱਚ ਜੋਸ਼ ਇਸ ਵਕਤ ਪੂਰਾ ਭਰਿਆ ਹੋਇਆ, ਜੋਸ਼ ਅਤੇ ਹੋਸ਼ ਦੇ ਨਾਲ ਕੰਮ ਲਿਆ ਜਾ ਰਿਹਾ, ਬੜੇ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਧਰਨਾ ਇਹਨੂੰ ਸਹੀ ਰੂਪ ਦਿੱਤਾ ਜਾ ਰਿਹਾ। ਅਤੇ ਬਾਕੀ ਬਹੁਤ ਵੱਡੀ ਜਿਹੜੀ ਭੀੜ ਜਿਹੜੇ ਪੰਜਾਬ ਦੇ ਵਿੱਚੋਂ, ਹਰਿਆਣੇ ਦੇ ਵਿੱਚੋਂ, ਹੋਰ ਵੀ ਵੱਖ ਵੱਖ ਜਿੰਨੇ ਵੀ ਸਟੇਟਾਂ ਨੇ, ਸਾਰੇ ਕਿਸਾਨ ਭਰਾ ਇਸ ਟਾਈਮ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਨੇ, ਇੱਥੇ ਪਹੁੰਚ ਰਹੇ ਨੇ। ਅਤੇ ਇਹ ਜਿਹੜਾ ਸਾਡਾ ਲੜਾਈ ਆ, ਇਹ ਜਿਹੜਾ ਸੰਘਰਸ਼ ਹੈ, ਇਹ ਸਫਲਤਾ ਜਿਹੜੀ ਇਹਨੂੰ ਸਫਲਤਾ ਮਿਲਣੀ ਹੁਣ ਤੈਅ ਹੈ, ਅਤੇ ਜਲਦੀ ਹੀ ਜਿਹੜੇ ਆਪਣੇ ਹੱਕ ਨੇ ਉਹ ਸਾਨੂੰ ਮਿਲ ਜਾਣਗੇ ਅਤੇ ਫੈਸਲੇ ਸਾਡੇ ਹੱਕਾਂ 'ਚ ਆ ਜਾਣਗੇ।